प्रधानमंत्री स्टीफन हार्पर ने देश दे योग दे समर्पित अध्यापकों नु सम्मानित किया है। टीचिंग एक्सीलेंस अवार्ड ते अवार्ड इन अर्ली चाइल्डहुड एजुकेशन 1993 विच एना अवार्ड्स की शुरुआत हुई सी। ते साल 20th एनिवर्सरी सेलिब्रेट करदिया 60 अध्यापकों नु सम्मानित किया गया है। इसे तहत पंजाबी मूल दी सुखदीप कौर चौहान नु भी नैशनल अवार्ड नाल नवाजिया गया है। अपनी अचीवमेंट्स बारे गलबात करन लई सुखदीप इस वेले साडे नाल मौजूद ने। सुखदीप, कंग्रेचुलेशंस फॉर दिस अवार्ड। थैंक यू। पर मैं एक बार गल पहला कहना चाहती हाँ कि मैनू इवें नहीं लगता कि अवार्ड मेरा आ, मैनू इदा महसूस होंदा कि साडी कम्यूनिटी लिए एक जित हुई। जी बिल्कुल। सब तो पहला सुखदीप ये दसो कि तुहाडी की अचीवमेंट्स रही जिस करके तुहानू ये अवार्ड मिले। गुरु साहब जी की कृपा दे नाल असीं कई प्रोग्राम्स डिवेलप किए सी। एक सी रीडिंग प्रोग्राम जिहड़े विच न्याणे एक साल जिदा अगे पढ़न लग पे सी, जिदा जदों ग्रेड वन फिनिश करते सी ग्रेड टू लैवल ते पढ़ते सी। तो दूजा प्रोग्राम बनाया सी असी जिहड़ा न्यूज़ एटर प्रोग्राम सी, तां ओह होम स्कूल कम्यूनीकेशनस नूं वधाउंदा सी, तां फैमिलीज़ नूं स्कूल विच जिद्दां इनवाइट करके उन्हां नूं सिखाउंदे सी पे साडी पढ़ाई इत्थे कनेडा विच किवें आ। तां तीजा प्रोग्राम सी एक लैटर राइटिंग प्रोग्राम, तां दैट्स अ ग्लोबल प्रोग्राम नाउ, जिथे न्याणे पहला एक दूजे नूं चिट्ठियां लिखदे हुंदे सी, फिर परिवारां नाल गल करदे हुंदे सी, ਤਾਂ ਹੁਣ ਇਹ ਚਿੱਠੀਆਂ ਹੋਰ ਮੁਲਕਾਂ ਵਿੱਚ ਉਹਨਾਂ ਦੇ ਨਿਆਣੇ ਦੇ ਨਾਲ ਹੁਣ ਚਿੱਠੀਆਂ ਲਿਖਦੇ ਆ, ਤਾਂ ਕਲਚਰ ਬਾਰੇ ਉਹਨਾਂ ਬਾਰੇ ਸਿੱਖਦੇ ਆ। ਜੀ ਸੁਖਦੀਪ, ਤੁਸੀਂ ਸਕੂਲ 'ਚ ਕਾਫੀ ਪਾਪੂਲਰ ਵੀ ਹੋ, ਬੱਚੇ ਤੁਹਾਨੂੰ ਟੀਚਰ ਮੋਮ ਵੀ ਕਹਿੰਦੇ ਨੇ। ਤੁਸੀਂ ਜਿਹੜੇ ਪ੍ਰੋਗਰਾਮ ਡਿਜ਼ਾਈਨ ਕੀਤੇ ਨੇ ਉਹ ਵੀ ਕਾਫੀ ਪਾਪੂਲਰ ਹੋਏ ਨੇ। ਇੰਗਲੈਂਡ ਤੱਕ ਤੁਹਾਡੇ ਇੱਕ ਪ੍ਰੋਗਰਾਮ ਦੀ ਚਰਚਾ ਹੋਈ ਹੈ ਜਿਹੜਾ ਨਿਊਜ਼ ਲੈਟਰ ਪ੍ਰੋਗਰਾਮ ਹੈ, ਉਹਦੇ ਬਾਰੇ ਕੁਝ ਦੱਸੋ। ਅਸੀਂ ਉਹ ਪ੍ਰੋਗਰਾਮ ਡਿਵੈਲਪ ਕੀਤਾ ਸੀ ਕਿਉਂਕਿ ਜਦੋਂ ਮੈਂ ਪੜ੍ਹਾਉਣ ਸ਼ੁਰੂ ਕੀਤਾ ਸੀ ਤਾਂ ਉਹਦੇ ਮੈਂ ਦੇਖਿਆ ਸੀ ਕਿ ਫੈਮਲੀਜ਼ ਨੂੰ ਸਕੂਲ ਬਾਰੇ ਇੰਨਾ ਕੁਛ ਪਤਾ ਨਹੀਂ ਲੱਗਦਾ ਸੀ। ਉਹਨੇ ਛੋਟੀ ਚਿੱਠੀ ਮਿਲਦੀ ਸੀ ਤਾਂ ਉਹਦੇ ਵਿੱਚ ਲਿਖਿਆ ਹੁੰਦਾ ਸੀ ਕਿ ਹਾਂਜੀ ਅਸੀਂ ਆਹ ਕੰਮ ਕਰਦੇ। ਫਿਰ ਮੈਂ ਇੱਕ ਪ੍ਰੋਗਰਾਮ ਡਿਵੈਲਪ ਕੀਤਾ ਜਿੱਦਾਂ ਹਰੇਕ ਮਹੀਨੇ ਫੈਮਲੀਜ਼ ਨੂੰ ਅਸੀਂ ਇਨਫੋਰਮੇਸ਼ਨ ਦਿੰਦੇ ਹੁੰਦੇ ਸੀਗੇ ਵੀ ਅਸੀਂ ਕੀ ਸਿਖਾਲਦੇ ਹਾਂ, ਕਿਹੜੇ ਸਟ੍ਰੈਟਜੀਜ਼ ਯੂਜ਼ ਕਰਦੇ ਹਾਂ। ਤਾਂ ਨਿਆਣੇ ਦੇ ਫੋਟੋਆਂ ਵੀ ਵਿੱਚ ਹੁੰਦੀਆਂ ਸੀ, ਤਾਂ ਉਹਨਾਂ ਦਾ ਕੰਮ ਵੀ ਵਿੱਚ ਹੁੰਦਾ ਸੀ। ਤਾਂ ਅਸੀਂ ਜਿੱਦਾਂ ਉਹਨਾਂ ਨੂੰ ਦੱਸਦੇ ਸੀ ਵੀ ਕਿਹੜੇ ਤੁਸੀਂ ਕੁਐਸਚਨ ਪੁੱਛਣੇ, ਕਿਉਂਕਿ ਅਸੀਂ ਆਮ ਅਸੀਂ ਕਹਿੰਦੇ ਹੁੰਦੇ ਹਾਂ ਵੀ ਤੁਸੀਂ ਅੱਜ ਕੀ ਕੀਤਾ ਸਕੂਲ ਦੇ, ਪਰ ਫਿਰ ਅਸੀਂ ਉਹਨਾਂ ਨੂੰ ਜਿੱਦਾਂ ਪ੍ਰੋਪਰ ਕੁਐਸਚਨਸ ਦਿੰਦੇ ਹੁੰਦੇ ਸੀ ਵੀ ਤੁਸੀਂ ਕਿਹੜੇ ਸਵਾਲ ਪੁੱਛਣੇ ਆ, ਤਾਂ ਆਨਸਰਸ ਵੀ ਥੋੜ੍ਹੇ ਜਿਹੇ ਅਸੀਂ ਦਿੰਦੇ ਹੁੰਦੇ ਸੀ ਨਾਲ ਵੀ ਤੁਸੀਂ ਉਹਨਾਂ ਨਿਆਣੇ ਦੀ ਪ੍ਰੋਮਪਟਿੰਗ ਕਰ ਸਕੋ। ਤਾਂ ਇੱਦਾਂ ਕਈ ਵਾਰੀ ਜਿੱਦਾਂ ਹੁਣ ਫੈਮਲੀ ਸਕੂਲ ਵਿੱਚ ਆ ਨਹੀਂ ਸਕਦੀਆਂ, ਕੰਮ ਕਰਦੇ ਆ, ਤਾਂ ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਹੁੰਦਾ ਸੀ ਵੀ ਨਿਆਣੇ ਕੀ ਸਿੱਖਦੇ ਆ, ਰੋਜ਼ ਕੀ ਪੜ੍ਹਦੇ ਆ। ਸੁਖਦੀਪ, ਤੁਸੀਂ ਇਹ ਟੀਚਿੰਗ ਪ੍ਰੋਫੈਸ਼ਨ ਵਿੱਚ ਕਿਸ ਤਰ੍ਹਾਂ ਆਏ? ਜੀ ਮੈਂ ਸੱਚ ਦੱਸਾਂ, ਪਹਿਲਾਂ ਮੈਂ ਕ੍ਰਿਮੀਨੋਲੋਜੀ ਡਿਗਰੀ ਕੀਤੀ ਸੀਗੀ। ਤਾਂ ਮੈਂ ਸੋਚਿਆ ਸੀ ਵੀ ਜਿਹੜੇ ਨਿਆਣਿਆਂ ਨੂੰ ਪ੍ਰੋਬਲਮਸ ਆਉਂਦੀਆਂ ਫਿਰ ਮੈਂ ਉਹਨਾਂ ਨਾਲ ਕੰਮ ਕਰੂੰਗੀ, ਤਾਂ ਫਿਰ ਮੈਂ ਸਕੂਲ ਵਿੱਚ ਜਾ ਕੇ ਕੰਮ ਕਰਦੀ ਹੁੰਦੀ ਸੀ ਉਹਨਾਂ ਦੇ ਨਾਲ। ਤਾਂ ਜਦੋਂ ਉੱਥੇ ਮੈਂ ਗਈ ਫਿਰ ਮੇਰੀ ਖਿੱਚ ਪਈ ਦਿਲ ਵਿੱਚ ਵੀ ਮੈਂ ਨਿਆਣਿਆਂ ਦੀ ਸੇਵਾ ਕਰਾਂ ਜਿੱਥੇ ਮੈਂ ਉਹਨਾਂ ਦੇ ਰੋਜ਼ ਉਹਨਾਂ ਦੇ ਨਾਲ ਕੰਮ ਕਰ ਸਕਾਂ। ਤਾਂ ਫਿਰ ਮੈਂ ਆਪਣੇ ਮਨ ਵਿੱਚ ਸੋਚਿਆ ਵੀ ਮੈਂ ਇੱਦਾਂ ਦੀ ਕਲਾਸਰੂਮ ਬਣਾਵਾਂ ਜਿੱਥੇ ਨਿਆਣਿਆਂ ਦੀ ਜਿੱਦਾਂ ਆਈਡੀਆਜ਼ ਪ੍ਰੈਕਟੀਕੈਲਿਟੀ ਵਿੱਚ ਆ ਸਕੇ, ਤਾਂ ਉਹਨਾਂ ਨੂੰ ਆਪਣੀ ਸੇਵਾ ਦੀ ਭਾਵਨਾ ਬਣੇ ਵੀ ਅਸੀਂ ਕਮਿਊਨਿਟੀ ਲਈ ਕੁਛ ਕਰੀਏ, ਜਾਂ ਬਜ਼ੁਰਗਾਂ ਲਈ, ਜਾਂ ਗਰੀਬਾਂ ਲਈ, ਜਾਂ ਜਿੱਦਾਂ ਨਿਆਣਿਆਂ ਸ਼ੈਲਟਰਸ ਵਿੱਚ ਜਿਹੜੇ ਹੁੰਦੇ ਆ ਉਹਨਾਂ ਲਈ ਕੰਮ ਜਿੱਦਾਂ ਨਾਲ ਉਹਨਾਂ ਨਾਲ ਮਦਦ ਕਰੀਏ। ਤਾਂ ਉਹਨਾਂ ਲਈ ਇੱਕ ਪਲੈਟਫਾਰਮ ਬਣਾਵਾਂ ਜਿੱਥੇ ਉਹਨਾਂ ਦੀ ਆਵਾਜ਼ ਜਿੱਦਾਂ ਸਟਰੋਂਗ ਬਣਾ ਕਰ ਸਕਾਂ ਕਿ ਉਹਨਾਂ ਨਿਆਣਿਆਂ ਨੂੰ ਸਿਖਾਲਣ ਲੱਗ ਪਈ ਵੀ ਤੁਸੀਂ ਇੱਕ ਦੂਜਿਆਂ ਦੇ ਕਲਚਰਸ ਬਾਰੇ ਕਿੱਦਾਂ ਸਿੱਖਣਾ ਆ, ਦੂਜੇ ਇੱਕ ਦੂਜੇ ਡਿਫਰੈਂਟ ਤਰ੍ਹਾਂ ਅਸੀਂ ਜਿੱਦਾਂ ਲਰਨ ਕਰਦੇ ਹਾਂ ਪਿਓ, ਤਾਂ ਆਪਣੇ ਆਪ ਨੂੰ ਫੀਲ ਕਰਨਾ ਪਿਆ ਅਸੀਂ ਇੱਕ ਦੁਨੀਆ ਦੇ ਵਿੱਚ ਹੀਰੇ ਹਾਂ ਜਿਹੜੇ ਅਸੀਂ ਵੀ ਇੱਕ ਦਿਨ ਚਮਕਾਂਗੇ, ਅਸੀਂ ਵੀ ਇੱਕ ਦੁਨੀਆ ਵਿੱਚ ਕੁਛ ਬਣਾਂਗੇ। ਜੀ ਸੁਖਦੀਪ, ਆਪਣੇ ਫਿਊਚਰ ਪ੍ਰੋਜੈਕਟਸ ਬਾਰੇ ਦੱਸੋ ਕਿ ਤੁਸੀਂ ਫਿਊਚਰ ਵਿੱਚ ਵੀ ਕੁਝ ਹੋਰ ਪ੍ਰੋਗਰਾਮ ਇਸ ਤਰ੍ਹਾਂ ਦੇ ਡਿਜ਼ਾਈਨ ਕਰ ਰਹੇ ਹੋ ਬੱਚਿਆਂ ਲਈ? ਇਸ ਵੇਲੇ ਮੈਂ ਅਸੀਂ ਥੋੜ੍ਹੇ ਜਿਹੇ ਹੋਰ ਪ੍ਰੋਗਰਾਮਸ ਬਣਾਉਂਦੇ ਜਿੱਥੇ ਅਸੀਂ ਨਿਆਣਿਆਂ ਦੀ ਸੈਲਫ ਸਟੀਮ ਨੂੰ ਵਧਾਉਣਾ ਚਾਹੁੰਦੇ ਹਾਂ, ਉਹਦੀ ਮੈਂਟਲ ਹੈਲਥ ਨੂੰ ਦੇਖਣਾ ਚਾਹੁੰਦੇ ਹਾਂ। ਤਾਂ ਇੱਕ ਦੋ ਪਬਲੀਕੇਸ਼ਨਸ ਹੋਈਆਂ ਉਹ ਪ੍ਰੋਗਰਾਮਸ ਦੇ ਨਾਲ, ਤਾਂ ਅਸੀਂ ਉਹ ਹੁਣ ਕਨੇਡਾ ਵਿੱਚ ਪ੍ਰਮੋਟ ਕਰਦੇ ਹਾਂ ਵੀ ਨਿਆਣੇ ਆਪਣੇ ਆਪ ਨੂੰ ਵੀ ਫੀਲ ਕਰਨ ਵੀ ਅਸੀਂ ਵੀ ਕੁਛ ਕਰ ਸਕਦੇ ਹਾਂ, ਵੀ ਆਪਣੇ ਆਪਣੇ ਥੱਲੇ ਨਾ ਸਮਝਣ ਵੀ ਆਪਣੇ ਆਪਣੀ ਜਿੱਦਾਂ ਆਪਣਾ ਹੌਸਲਾ ਉਹਨਾਂ ਦਾ ਵਧੇ, ਅਸੀਂ ਉਹ ਪ੍ਰੋਗਰਾਮ ਅਸੀਂ ਕੰਮ ਕਰਦੇ ਹਾਂ। ਤਾਂ ਇੱਕ ਹੋਰ ਪ੍ਰੋਗਰਾਮ ਹੈ ਜਿੱਥੇ ਅਸੀਂ ਨਿਊ ਕਮਰਸ ਨੂੰ ਜਿਹੜੇ ਨਵੇਂ ਫੈਮਲੀਜ਼ ਕਨੇਡਾ ਵਿੱਚ ਆਉਂਦੇ ਆ ਉਹਨਾਂ ਨਾਲ ਕੰਮ ਕਰ ਸਕੀਏ, ਵੀ ਉਹਨਾਂ ਨੂੰ ਸਾਡੇ ਸਿਸਟਮ ਬਾਰੇ ਪਤਾ ਲੱਗੇ, ਤਾਂ ਅਸੀਂ ਜਿਹੜੇ ਅਸੀਂ ਇੱਥੇ ਟੀਚਰ ਆਏ ਹਾਂ ਵੀ ਉਹਨਾਂ ਨੂੰ ਹੋਰ ਕਲਚਰਾਂ ਬਾਰੇ ਸਿਖਾਈਏ ਵੀ ਉਹ ਵੀ ਉਹ ਨਿਆਣੇ ਨੂੰ ਜਿੱਦਾਂ ਨਾਈਸ ਹੀ ਰਿਸੀਵ ਕਰ ਸਕਣ। ਥੈਂਕ ਯੂ ਸੋ ਮਚ ਸੁਖਦੀਪ, ਐਂਡ ਵੀ ਵਿਸ਼ ਯੂ ਮੈਨੀ ਮੋਰ ਅਵਾਰਡਸ ਲਾਈਕ ਦਿਸ। ਥੈਂਕ ਯੂ ਤੁਹਾਡਾ। ਤਾਂ ਪੰਜਾਬੀ ਬੋਲ ਦੇ ਵਿੱਚ ਮੈਨੂੰ ਮਾਫ਼ ਕਰਨਾ ਜਿਵੇਂ ਕੋਈ ਗਲਤੀ ਹੋ ਗਈ ਹੋਗੀ, ਪਰ ਮੇਰੀ ਸਾਰੇ ਤੁਹਾਡੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਪਿਆਰ ਭਰੀ ਗੁਰੂ ਸਾਹਿਬ ਜੀ ਦੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ।